ਪੀੜਾਂ ਦੇ ਵਿੱਚ ਗੁੱਥੀ ਗਈ ਏ ਮਿੱਟੀ ਜੈਂਦੇ ਮਨ ਦੀ ਪੀੜਾਂ ਦੇ ਵਿੱਚ ਗੁੱਥੀ ਗਈ ਏ ਮਿੱਟੀ ਜੈਂਦੇ ਮਨ ਦੀ ਉਹਨਾਂ ਫੇਰ ਕਦੀ ਨਹੀਂ ਰੱਖੀ ਏਡੀ ਖਬਰ ਬਦਨ ਪੀੜਾਂ ਦੇ ਵਿੱਚ ਗੁੱਥੀ ਗਈ ਏ ਮਿੱਟੀ ਜੈਂਦੇ ਮਨ ਦੀ ਉਹਨਾਂ ਫੇਰ ਕਦੀ ਨਹੀਂ ਰੱਖੀ ਏਡੀ ਖਬਰ ਬਦਨ ਦੀ ਸ਼ਾਹ ਸ਼ਮਸ ਤਬਰੇਜ਼ ਤੋਂ ਪੁੱਛੋ ਜਾਂ ਮਨਸੂਰ ਤੋਂ ਪੁੱਛੋ ਆਪਣੇ ਹੱਥੀ ਲਾ ਲੈਂਦੇ ਨੇ ਚਮੜੀ ਆਪਣੇ ਕੰਨ ਦੀ ਆਪਣੇ ਹੱਥੀ ਲਾ ਲੈਂਦੇ ਨੇ ਆਏ ਹਾਏ ਸ਼ਾਹ ਸ਼ਮਸ ਤਬਰੇਜ਼ ਤੋਂ ਪੁੱਛੋ ਜਾਂ ਮਨਸੂਰ ਤੋਂ ਪੁੱਛੋ ਆਪਣੇ ਹੱਥੀ ਲਾ ਲੈਂਦੇ ਨੇ ਚਮੜੀ ਆਪਣੇ ਤਨ ਦੀ ਲੱਜਾ ਪਾਲ ਵਿਖਾਵੇ ਸੋਹਣਾ ਸੁਭਾਨ ਅੱਲਾ ਕੌਣ ਆਖਸੀ ਲੱਜਾ ਪਾਲ ਵਿਖਾਵੇ ਸੋਹਣਾ ਲੱਜਾ ਪਾਲ ਵਿਖਾਵੇ ਸੋਹਣਾ ਮਾੜਿਆਂ ਨਾਲ ਨਿਭਾਵੇ ਸੋਹਣਾ ਮਾੜਿਆਂ ਨਾਲ ਨਿਭਾਵੇ ਸੋਹਣਾ ਜਿਹਦੀ ਕੋਈ ਨਾ ਗੱਲ ਬਣਾਵੇ ਉਹਦੀ ਗੱਲ ਬਣਾਵੇ ਸੋਹਣਾ ਜਿਹਨੂੰ ਹਰ ਕੋਈ ਨੀਵਾਂ ਜਾਣੇ ਉਹਨੂੰ ਸੀਨੇ ਲਾਵੇ ਸੋਹਣਾ ਲੱਜਾ ਪਾਲ ਵਿਖਾਵੇ ਸੋਹਣਾ ਮਾੜਿਆਂ ਨਾਲ ਨਿਭਾਵੇ ਸੋਹਣਾ ਜਿਹਦੀ ਕੋਈ ਨਾ ਗੱਲ ਬਣਾਵੇ ਉਹਦੀ ਗੱਲ ਬਣਾਵੇ ਸੋਹਣਾ ਅੱਲਾ ਏਡੀ ਤਾਕਤ ਬਖਸ਼ੀ ਜਿੱਥੇ ਸੱਦੋ ਆਵੇ ਸੋਹਣਾ ਅੱਲਾ ਏਡੀ ਤਾਕਤ ਬਖਸ਼ੀ ਅੱਲਾ ਏਡੀ ਤਾਕਤ ਬਖਸ਼ੀ ਅੱਲਾ ਏਡੀ ਤਾਕਤ ਬਖਸ਼ੀ ਜਿੱਥੇ ਸੱਦੋ ਆਵੇ ਸੋਹਣਾ ਭਾਈ ਬਹਾਦਰ ਅਲੀ ਸਾਹਿਬ ਅੱਲਾ ਕਰਨਲ ਸਾਹਿਬ ਅੱਲਾ ਏਡੀ ਤਾਕਤ ਬਖਸ਼ੀ ਜਿੱਥੇ ਸੱਦੋ ਆਵੇ ਸੋਹਣਾ ਲੋਕੀ ਉਹਨੂੰ ਹਾਜੀ ਸੱਦਣ ਜਿਹਨੂੰ ਕੋਲ ਬੁਲਾਵੇ ਲੋਕੀ ਉਹਨੂੰ ਹਾਜੀ ਸੱਦਣ ਜਿਹਨੂੰ ਕੋਲ ਬੁਲਾਵੇ ਸੋਹਣਾ ਰੱਬ ਵੀ ਉਸੇ ਵੱਲ ਹੋ ਜਾਵੇ ਤੇ ਜਿੰਦਾ ਹੋ ਜਾਵੇ ਸੋਹਣਾ ਉਹ ਖਿਜ਼ਰ ਸੁਹਾਗਣ ਹੋ ਗਈ ਜਿਸ ਤੇ ਨਜ਼ਰ ਟਿਕਾਵੇ ਸੋਹਣਾ ਪਾਕ ਪਤਨ ਸ਼ਰੀਫ ਬਾਬਾ ਫਰੀਦ ਗਰੀਬ ਨਵਾਜ਼ ਦੀ ਅਜ਼ੀਮ ਨਗਰੀ ਖੂਬਸੂਰਤ ਸਰਾਖਾਨ ਜਨਾਬ ਅਲਹਾਜ ਮੁਹੰਮਦ ਹਨੀਫ ਬੱਗਾ ਸਾਹਿਬ ਆਪਣੀ ਹਸੀਨ ਹਾਜ਼ਰੀ ਤੋਂ ਨਵਾਜ਼ਣਗੇ।